तेरे च बड़ा जोर है यार। भला क्यों? मेरा भी सारा जोर तेरे च। मुबारक इंडिया के मुसलमान इंडिया के मुसलमान इंडिया जी डरे फिर अल्लाह मियां की जय हो। तेन मिर्गी पी गल करो वो शरारत वाली उंगल। मैं तो सोचा सी ढाई घंटे शरीफ रवांगे लेकिन नहीं भाई डाकू चुके लै गए। अच्छा डाकुओं के मगर दौड़िया मैं डाकुओं मगर खाली हाथ नहीं चाहिए तो 5 किलो अंब लै गया। मैं बकवास की है 4.5 किलो से लंबी जुगत शुरू कर ली बगैर तो गया बकर बड़ी तो बकरी लिया। अच्छा बकरी की करनी कहने यार कुर्बानी देनी मैं बकरा दे दा। तो नहीं यार अम्मी का नाम का देना उसे जाके तंग ही ना करे। चुप कर गई दो मिनट मैं बोलती नहीं वो ठहर जाओ गिण के लैन दो। इन्हें अपनी बीवी लाज करके घुट चुके हम चला जानू मैं तेरे लिए की ला गया वा वो बंदे की फोटो कट के कहती इन्हू बुला लिया। सारा पैर सारी दिहाड़ी मैनू ही लभदा रहा।
ਚੱਲ ਭਾਈ ਮੇਰੀ ਤੇ ਛੋਟੀ ਫੋਟੋ ਛੇਤੀ ਮੋੜ ਦੇ, ਮੈਂ ਤੇ ਇੱਕ ਦਿਨ ਵੀ ਨਹੀਂ ਆਇਆ। ਇੱਧਰ ਤੇ ਵੇਖ, ਉਹ ਫਿੱਕਾ ਮੇਰੇ ਨਾਲ ਵੇਖ ਲਾ ਓਏ, ਉਹ ਮੈਂ ਜਦੋਂ ਕਹਾਂ ਉਹ ਤੂੰ ਸੁੱਤਾ ਹੀ ਹੁਣ ਵੇਖ ਰਿਹਾ। ਇੱਧਰ ਤੇ ਵੇਖ, ਮਾਈਆਂ ਅਰਗਾ ਮੂੰ, ਉਹ ਜੀਆਂ ਮਾਈਆਂ ਬਹੁਤੀਆਂ ਬੁੱਢੀਆਂ ਹੋ ਗਏ, ਏਡੀਆਂ ਬੇਤ ਕਿਲੋ ਹੋ ਜਾਂਦੀਆਂ, ਦੁਪਹਿਰੇ 12 ਵਜੇ ਕਮੀਜ਼ ਲਾ ਕੇ ਮੋਢੇ ਤੇ ਰੱਖ ਕੇ, ਗਰਮੀ ਬਹੁਤ ਆ। ਉਹਨੇ ਕਹਾਂ ਮੁੰਡਾ ਕਹਿੰਦਾ ਲਾ ਲਾ ਕਮੀਜ਼ ਪਾ ਲਾ, ਨਹੀਂ ਪੁੱਤ ਹੁਣ ਕੀ ਲੁਕਾਉਣਾ। ਬਜਰੀ ਮੇਰੇ ਨੂੰ, ਇੱਕ ਨੇ ਕਹਾ ਰੇਤ ਮੇਰੇ ਨੂੰ, ਇਹ ਉੱਠਿਆ ਕਹਿੰਦਾ ਜੀ ਕੇਬਲ ਮੈਂ ਲਵਾ ਦੇ। ਇਹ ਗਿਆ ਈਦ ਦੀ ਨਮਾਜ਼ ਪੜ੍ਹਨ, ਮੌਲਵੀ ਸਾਹਿਬ ਇਹਨੂੰ ਕਹਿੰਦੇ ਅੱਗੇ ਆ ਬਈ, ਮੌਲਵੀ ਸਾਹਿਬ ਈਦ ਵਾਲੇ ਦਿਨ ਤੇ ਛੱਡ ਦਿਓ। ਠਹਿਰ ਜਾ ਪੋਤੇ ਆਉਂਦੇ, ਬਗੈਰ ਪਹਿਲਾਂ ਰਕਸ਼ਾ ਚਲਾਉਂਦਾ ਸੀ, ਇੱਕ ਬੰਦਾ ਮਾਰ ਕਹਿੰਦਾ ਭਾਜੀ ਅੱਡੇ ਜਾਣਾ, ਇਹ ਉਹਨੂੰ ਆਪਣੇ ਘਰ ਲਿਆ। ਹੋਰ ਚਾਹੀਦਾ ਭਾਜੀ, ਇਹ ਵੀ ਗਿਆ ਖੂਨ ਦੇਣ, ਉਹਨਾਂ ਨੇ ਲਾਲੀ ਵੀ ਨਹੀਂ ਲਾਈ, ਖੂਨ ਬੜਾ ਨਿਕਲਿਆ। ਆ ਯਾਰ ਹਾਸੇ ਹਾਸੇ ਵਾਲੀ ਗੱਲ ਨੀ ਗੀ, ਉਹ ਸਿਰ ਮੇਰਾ ਪੱਟ ਆਇਆ ਸੀ। ਸਿਰ ਤੇਰਾ ਪਟਨਾ ਸਾਲਿਆ, ਕੰਧ 'ਚ ਥੋੜਾ ਵੱਜਦਾ ਰਿਹਾ। ਉਹ ਮਾਂ ਠੀਕ ਆ, ਇਹਦਾ ਜੇ ਸਿਰ ਪਟਦਾ ਨਾ, ਮਾਂ ਇਹਨੂੰ ਕਹਿ ਸਰਾਣਾ ਅੱਗੇ ਰੱਖ ਲੈ। ਦੇਖੋ ਕੀ ਹੋ ਗਿਆ ਭਾਈ, ਅੰਨੀ ਦੇ ਏਡਾ ਮੌਜੂਦ ਹੋਇਆ ਪਹਿਲਾਂ ਡਰਾਮਾ ਲਿਖ ਕੇ, ਸਾਲਾ ਆਪ ਕਿੱਡਾ ਨਮਾਜ਼ੀ ਭਰੇਦੀ ਬਣਿਆ, ਮੈਨੂੰ ਮਾਮੇ ਨੇ ਸ਼ੈਂਟਾ ਚਕਾਇਆ। ਮਸਕੀਨ ਖੁਸਰੇ ਸੁੱਕੀ ਨਹਿਰ ਚ ਛਾਲ ਮਾਰ ਦਿੰਦੇ, ਚਲੋ ਰਗੜਾ ਹੀ ਸਹੀ। ਠੀਕ ਹੈ, ਇਹੋ ਜਿਹੇ ਗੁਜ਼ਰੇ ਮੇਲਿਆਂ ਤੇ ਨੱਚਦੇ ਨੇ ਮੂਰਛਾ ਦੇ ਅੱਗੇ, ਐਵੇਂ ਹੀ ਇੰਜ ਕਰਕੇ। ਇਸ ਤਰ੍ਹਾਂ ਮੈਂ ਹਰ ਸਾਲ ਇਸ ਮੇਲੇ ਤੇ ਆਉਂਦੀ ਹਾਂ, ਮੂਰਛਾ ਦਾ ਮੇਰੇ ਤੇ ਬੜਾ ਕਰਮ ਆ, ਤੇ ਮੂਰਛਾ ਦਾ ਨਿੱਕਾ ਭਰਾ ਮੇਰੇ ਤੇ ਬੜਾ ਗਰਮ ਆ। ਠੀਕ ਹੈ ਯਾਰ, ਸਾਨੂੰ ਸਟੇਸ਼ਨ ਤੇ ਲਾਇਆ, ਤੇਰੀ ਮਿਹਰਬਾਨੀ, ਅਸੀਂ ਜਾਣਾ ਵੀਜ਼ੇ ਲਵਾਉਣ, ਅਸੀਂ ਮੈਂ ਲੱਗ ਜਾਣਾ ਸਟੇਸ਼ਨ ਤੇ, ਤੇ ਅੰਨੀ ਦਿਓ ਮੈਨੂੰ ਘੋੜਾ ਤੇ ਲੈ ਦਿਓ। ਓਏ ਕੱਲਾ ਹੀ ਸ਼ਾਂਤਾ, ਇਹਦੇ ਤੇ ਬੈਠੇ ਚੰਗੇ ਲੱਗੋਗੇ। ਸ਼ੱਕ ਦੀ ਬਣਾ ਤੇ ਉਹਨੂੰ ਕਤਲ ਕਰਤਾ। ਲੱਖ ਲਾ ਲਓ ਤੋ, ਉਹ ਭੈਣ ਦੀ ਮਸਹਿਰੀ ਚ ਬਹਿ ਕੇ ਸ਼ਰਾਬ ਪੀਣ ਵਾਲੇ ਆ। ਸ਼ਨਾਖਤੀ ਕਾਰਡ ਮੈਂ ਭਾਬੀ ਕੋ ਸਿਮ ਲੈਣੀ, ਯਾਰ ਤੂੰ ਤਾਂ ਵੀ ਗੱਲ ਕਰੀ ਭਾਬੀ ਨੂੰ ਰੱਦੀ ਹੋ, ਮੈਂ ਤੇ ਬਾਅਦ ਤੂੰ ਕਹੇ ਬੁੱਢੀ ਦੇ ਮੂੰਹ ਤੇ ਆਲੂ ਪਾ ਦੇ ਤੇ ਮਾਰੀਆਂ ਪਾਣੇ, ਨੇੜੇ ਹੋ ਨੇੜੇ, ਅਰੇ ਬਾਪ ਨੇੜੇ ਨੇੜੇ, ਆ ਆ ਆ ਬੋਲਾ ਔਰ ਬੇਬੀ ਦੋਨੋਂ ਆਪਸ ਮੇਂ ਇੱਕ ਦੂਸਰੇ ਕੇ ਕਰੀਬ ਹੋ ਚੁਕੇ ਹੈ, ਹੱਥੋਂ ਮੇਂ ਹਾਥ ਡਾਲ ਚੁਕੇ, ਆਂਖੋਂ ਮੇਂ ਆਂਖੇ ਡਾਲ ਚੁਕੀ ਹੈ, ਦੋਨੋਂ ਮੁਸਕਰਾ ਕੇ ਇੱਕ ਦੂਸਰੇ ਕੋ ਦੇਖ ਰਹੇ ਹੈ, ਔਰ ਦੇਖੇ ਬੋਲਾ ਕਿਆ ਕਰੇਗਾ ਆਪ। ਦੱਸੋ ਜੀ, ਆ ਮਾਈ ਦੀ ਕਮੈਂਟਰੀ ਤੇ ਸੁਣੀ ਹੈ, ਭੈਣ ਦੀ ਕਮੈਂਟਰੀ ਪਹਿਲੀ ਵਾਰ। ਓਕੇ ਬੇਬੀ, ਯਾ ਲਵ ਯੂ, ਹੁਣ ਮੇਰੀ ਵਾਰੀ ਹੈ। ਯਾ ਯਾ ਹਾਂ ਹਾਂ, ਗਰਗੇਜੜੀ ਗਰਗੇਜੜੀ, ਯਾ ਮੇਰਾ ਬੜਾ ਦਿਲ ਕਰਦਾ ਮੈਂ ਬਾਹਰਲੇ ਮੁਲਕ ਜਾ ਕੇ ਸਮੁੰਦਰਾਂ ਤੇ ਥੋੜੇ ਥੋੜੇ ਕੱਪੜੇ ਪਾ ਕੇ ਫਿਰਾਂ, ਮੇਰੇ ਨਸੀਬ ਹੀ ਮਾੜੇ। What what happening? ਮੈਨੂੰ ਲੱਗਦਾ ਮੈਂ ਉੱਥੇ ਉਦੋਂ ਜਾਣਾ ਜਦੋਂ ਉੱਥੇ ਵੀ ਦੁਪੱਟੇ ਚੱਲ ਪੈਣੇ।
ਆ ਸੱਚਾ ਯਾਰ ਦੁਪੱਟੇ ਦੁਪੱਟਾ ਤੁਹਾਨੂੰ ਜ਼ਰੂਰ ਆ ਗੋਰੇ ਰੰਗ ਦੇ ਦੁਪੱਟਿਆਂ ਦੀ ਛਾਂ ਕਰਕੇ ਛੱਡਾਂ ਦਾ ਤੈਨੂੰ ਬੱਚਿਆਂ ਦੀ ਮਾਂ ਕਰਕੇ ਬੋਲੇ ਆਪਣੀ ਬੀਵੀ ਕੋ ਆਪਣਾ ਆਪਣਾ ਪੰਜਾਬੀ ਸੌਂਗ ਸੁਣਾਓ ਮਾਇਆ ਟੋਲੇ ਸਾਡਾ ਇਹੋ ਜਿਹਾ ਤਾਂ ਮਾਣ ਆ ਪੰਜਾਬੀ ਕਲਚਰ ਇਹੋ ਜਿਹਾ ਰਸਮਾਂ ਰਵਾਜਾਂ ਭਾਈ ਤੈਨੂੰ ਪਿੰਡ ਵਿਖਾਈਏ ਤੈਨੂੰ ਗੋੜ ਖਾਈਏ ਤੈਨੂੰ ਸਾਖ ਖਾਈਏ ਪੰਜਾਬੀ ਕਲਚਰ ਤੈਨੂੰ ਇੱਥੇ ਪਿੰਡ ਫੜਾਈਏ ਵਾਟ ਪਿੰਡ ਪਿੰਡ ਮੀਨ ਵਿਲੇਜ ਓਕੇ ਯੂ ਵਾਂਟ ਟੂ ਸੀ ਪੰਜਾਬੀ ਕਲਚਰ ਯਾ ਕਲਚਰਲ ਵੈਰੀ ਗੁੱਡ ਕਲਚਰ ਬੋਲੇ ਸੁਣਾ ਮਾਇਆ 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 ਸੁਣਾ ਦੇ ਸਾਦ ਨੇ ਪਾਸ ਕਿਵੇਂ ਆਂਦਾ ਨੀ ਰਾਤ ਵਿੱਚ ਪਾਣੀਆਂ ਦੀ ਵਾਰੀ ਲਈ ਰਾਤ ਨੂੰ ਮਾਇਆ ਤੇ ਕਹਿੰਦਾ ਸੁਣਾ ਦੇ ਬੋਲੇ ਓ ਬੇਕੇ ਸੋਫਿਆਂ ਤੇ ਜੂਸ ਪੀਣ ਵਾਲੀਏ ਓ ਬੇਕੇ ਸੋਫਿਆਂ ਤੇ ਜੂਸ ਪੀਣ ਵਾਲੀਏ ਪੁੰਜੇ ਬਹਿ ਕੇ ਗੰਨਾ ਚੁੱਪ ਲੈ ਦੀ ਜਿੰਦ ਮੇਰੀਏ ਓ ਪੁੰਜੇ ਬਹਿ ਕੇ ਗੰਨਾ ਚੁੱਪ ਇਹ ਗੱਲ ਨਾ ਇਸ ਗੰਨੇ ਨਾਲ ਤੈਨੂੰ ਤੇਰੀ ਸਕੂਨ ਆ ਓ ਮਾ ਹੋਰ ਗੰਨਾ ਸੁਣਾਣਾ ਓ ਲੰਮਾ ਗੰਨਾ ਏ ਕਮਾ ਦੇ ਦਾ ਆਇਆ ਗੁਜਰਾ ਓ ਲੰਮਾ ਗੰਨਾ ਏ ਕਮਾ ਦੇ ਦਾ ਓ ਭਾਈ ਬਹੁਤਾ ਲੰਮਾ ਤੂੰ ਵੱਧਾ ਚੁੱਪ ਲੈ ਨਹੀਂ ਹਜੂਰ ਉਹ ਸੰਗੇ ਮਰਮਰ ਦੇ ਗੋਂਗਲੂਆ ਤੇਰੀਆਂ ਖੰਗਾਂ ਦੇ ਸਦਕੇ ਗੰਨਾ ਕਮਾ ਦੇ ਦਾ ਓ ਲੰਮਾ ਗੰਨਾ ਕਮਾ ਦੇ ਦਾ ਅਸਾਂ ਤੁਹਾਨੂੰ ਇਹੋ ਦੱਸਣਾ ਲੰਮਾ ਗੰਨਾ ਜੇ ਕਮਾ ਦੇ ਦਾ ਦਿਲ ਤਾਂ ਪਾਗਲ ਹੈ ਅੱਛਾ ਤੂੰ ਕਿਸੇ ਨਾਲ ਗਾਜ਼ੀਆਬਾਦ ਤੋਂ ਬੰਦੇ ਨਹੀਂ ਹੈ ਦਿਲ ਤਾਂ ਪਾਗਲ ਹੈ ਦੋ ਕੁੜੀਆਂ ਲੈ ਕੇ ਚੁੱਪ ਕਰ ਜਾਊ ਜਿੱਥੇ ਇਹਨੀ ਦੁਨੀਆ ਬਣ ਗਈ ਮੈਂ ਵੀ ਕਿਧਰੇ ਬਣ ਮੁੜ ਜਾਊ ਉਹ ਮੇਰੇ ਪੈਸੇ ਵਾਪਸ ਕਰ ਦੇ ਮੇਰਾ ਨਹੀਂ ਇਰਾਦਾ ਮੇਰੇ ਪੈਸੇ ਵਾਪਸ ਕਰ ਦੇ ਮੇਰਾ ਨਹੀਂ ਇਰਾਦਾ ਮੈਂ ਬੰਦਾ ਬਿਲਕੁਲ ਸਿੱਧਾ ਸਾਦਾ ਉਹਦਾ ਵਜ਼ਨ ਜ਼ਿਆਦਾ ਜੇ ਉਹ ਮੇਰੇ ਉੱਤੇ ਡਿੱਗ ਪਈ ਇਹ ਮਸਕੀਨ ਤੇ ਮਰ ਮਰ ਜਾਊ ਦਿਲ ਤਾਂ ਪਾਗਲ ਹੈ ਦੋ ਕੁੜੀਆਂ ਲੈ ਕੇ ਚੁੱਪ ਕਰ ਜਾਊ ਨੱਸ ਕੇ ਘਰ ਦੀ ਕੁੰਡੀ ਲਾ ਲੈ ਨਹੀਂ ਤੇ ਚਾਚਾ ਵੜ ਜਾਊ ਏ ਚਾਚਾ ਇਹ ਕੰਮ ਆਇਆ ਹੈ ਲਗੀਆਂ ਦੇ ਦੁੱਖ ਵਕਰੇ ਪਿਆਸੇ ਹਰ ਵੇਲੇ ਯਾਰ ਦੇ ਦੀਦਾਰ ਦੇ ਇਹ ਰਹਿਣ ਵਾਲੇ ਉਸ ਬਾਜ਼ਾਰ ਦੇ ਜਿੱਥੇ ਕੰਜਰਾਂ ਨੇ ਪਾਈਆਂ ਨੇ ਦੁਹਾਈਆਂ ਇਹਨਾਂ ਤੀਆਂ ਪੈਣਾ ਉੱਥੇ ਨਵੇਂ ਆਈਆਂ ਨੱਚੀਆਂ ਦੇ ਪੈਸੇ ਵੱਖਰੇ ਕੰਜਰ ਆਪਣਾ ਮੋਟਾ ਸਾ ਯੋਰ ਫਾਦਰ ਉਹ ਹੈ ਮਾਮਾ ਬਸ਼ੀਰ ਜਦੋਂ ਮੈਂ ਤੇਰੇ ਹੱਥ ਬੈਤ ਕੀਤੀ ਮੈਂ ਵੀ ਕੰਜਰ ਜਿਹਾ ਹੀ ਹੋ ਗਿਆ ਮੈਂ ਕਿਹਾ ਜੀ ਮੈਰਿਜ ਮੈਰਿਜ ਹੈਪੀ ਮੈਰਿਜ ਸੈਰੇਮਨੀ ਮੈਰਿਜ ਅਤੇ ਮੇਰੇ ਬਾਰੇ ਕੀ ਪ੍ਰੋਗਰਾਮ ਦੱਸ
हमको बच्चा बहुत पसंद, हमको 100 बच्चा चाहिए। 100 बच्चा? या लोवर पर आओ, आज घर कोई ना जाए। ओके ओके ओके। और 100 बच्चा मेरी सेहत देख, मेरे को तो मलाप नहीं होना। ਲਾਹ ਲਾਂ ਤੇ ਤੇ ਭਰਾਓ ਘਰ ਕੋਈ ਨਾ ਜਾਵੇ ਭਾਜੀ, ਫਿਰ ਮੇਰੇ ਵਿਆਹ ਤੇ ਨਾ ਮੇਰੇ ਉਰਸ ਤੇ ਹੀ ਆਣਾ ਹੈ। ਯਾਰ ਤੂੰ ਇੱਬਾ। ਹਾਂ ਬੇਬੀ 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 ਬੇਬੀ। ਯਾ ਯੋਰ ਹਸਬੈਂਡ ਯਾ ਇਹ ਮੈਂਟਲੀ ਤੌਰ ਤੇ ਥੋੜਾ ਜਿਹਾ ਕਰਪਟ ਹੈ, ਤਮਾਸ਼ਬੀਨ ਜ਼ਿੰਦਾ ਆਦਮੀ ਹੈ। ਉਹ ਨਹੀਂ ਇਹ ਚਾਹ ਰਿਹਾ ਕਿ ਮੇਰੀ ਬੁੱਢੀ ਨੂੰ ਡਾਂਸ ਆਉਂਦਾ। ਅਜਨ ਡਾਂਸ ਡਾਂਸ ਨਹੀਂ ਆਉਂਦਾ, ਹੋਰ ਸਾਲ ਹੀ ਇੱਥੇ ਕੀਸੀਆਂ ਕਰਨ ਆਈ ਹੈ। ਇੱਥੇ ਜਿਹੜੀ ਵੀ ਆਵੇ ਉਹਨੂੰ ਨੱਚਣਾ ਪੈਂਦਾ। ਇਹਦੀ ਅੰਮੀ ਰੋਟੀ ਦੇਣ ਆਈ, 2 ਗਾਣੇ ਕਰਕੇ ਗਈ ਹੈ। ਮਜਬੂਰੀ ਬਣ ਗਿਆ ਬਿਲਕੁਲ।